ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦਈਏ ਕਿ ਅੱਜ ਮੁੜ ਤੋਂ ਸ਼ੰਭੂ ਬਾਰਡਰ ਤੇ ਜਿਹੜੇ ਪੁਤਲੇ ਸਾੜੇ ਜਾਣਗੇ ਤੇ ਜਿਸ ਨੂੰ ਲੈ ਕੇ ਸਰਵਣ ਸਿੰਘ ਭੰਦੇੜ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਸਾਡੀਆਂ ਮੰਗਾਂ ਨੂੰ ਨਹੀਂ ਮੰਨਿਆ ਜਾਂਦਾ ਤੇ ਅਸੀਂ ਆਪਣੀਆਂ ਮੰਗਾਂ ਮਨਾ ਕੇ ਹਟਾਂਗੇ ਤੇ ਜਿਸ ਦੇ ਦੌਰਾਨ ਸਰਵਣ ਸਿੰਘ ਭੰਦੇੜ ਦੇ ਵੱਲੋਂ ਇਹ ਵੱਡਾ ਐਲਾਨ ਕੀਤਾ ਗਿਆ ਤੇ ਦੂਜੇ ਪਾਸੇ SKM ਦੇ ਵੱਲੋਂ ਜਿਹੜਾ ਅੱਜ ਟਰੈਕਟਰ ਮਾਰਚ ਉਹ ਵੀ ਕੱਢਿਆ ਜਾਵੇਗਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਦੇ ਖਿਲਾਫ ਅੱਜ ਫਿਰ ਤੋਂ ਹੱਲਾ ਕਿਸਾਨ ਜਥੇਬੰਦੀਆਂ ਬੋਲਣਗੀਆਂ ਤੇ ਜਿਸ ਦੇ ਦੌਰਾਨ ਲਗਾਤਾਰ ਸ਼ੰਭੂ ਬਾਰਡਰ ਤੇ ਜਿਹੜੇ ਮਾਹੌਲ ਹੈ ਤਣਾਅਪੂਰਨ ਹੋਇਆ ਹੋਇਆ ਹੈ ਤੇ ਉੱਥੇ ਇੱਕ ਪਾਸੇ ਪ੍ਰਸ਼ਾਸਨ ਤੇ ਦੂਜੇ ਪਾਸੇ ਕਿਸਾਨ ਜਥੇਬੰਦੀਆਂ ਦਾ ਆਹਮੋ ਸਾਹਮਣਾ ਵੀ ਹੋ ਸਕਦਾ ਹੈ ਤੇ ਜਿਸ ਦੇ ਦੌਰਾਨ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਲਗਾਤਾਰ ਚਰਚਾ ਛਿੜੀ ਹੋਈ ਹੈ ਤੇ ਸਰਵਣ ਸਿੰਘ ਭੰਦੇੜ ਦੇ ਵੱਲੋਂ ਨੌਜਵਾਨਾਂ ਨੂੰ ਇੱਕ ਵੱਡੀ ਅਪੀਲ ਕੀਤੀ ਹੈ ਤੇ ਦੂਜੇ ਪਾਸੇ ਉਹਨਾਂ ਨੇ ਕਿਹਾ ਕਿ ਅੱਜ ਇੱਕ ਵੱਡਾ ਪ੍ਰਦਰਸ਼ਨ ਹੋਣ ਜਾ ਰਿਹਾ ਤੇ ਜਿਸ ਦੇ ਵਿੱਚ ਸਾਰੇ ਨੌਜਵਾਨ ਹਿੱਸਾ ਲੈਣ ਤੇ ਦੂਜੇ ਪਾਸੇ ਕੇਂਦਰ ਸਰਕਾਰ ਨੂੰ ਲੈ ਕੇ ਵੀ ਪਲਟਵਾਰ ਹੈ ਜਿਹੜਾ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੀਤਾ ਗਿਆ ਹੈ ਤੇ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ MSP ਦੀ ਕਾਨੂੰਨੀ ਗਰੰਟੀ ਆ ਸਰਕਾਰ ਪੂਰੀ ਕਰੇ ਤੇ ਜਿਸ ਦੇ ਦੌਰਾਨ ਲਗਾਤਾਰ ਪਲਟਵਾਰ ਜਿਹੜਾ ਹੁਣ ਕਿਸਾਨ ਜਥੇਬੰਦੀਆਂ ਦੇ ਵੱਲੋਂ ਕੇਂਦਰ ਸਰਕਾਰ ਤੇ ਕੀਤਾ ਗਿਆ। ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਸਰਵਣ ਸਿੰਘ ਭੰਦੇੜ ਦਾ ਹੋਰ ਕੀ ਕਹਿਣਾ ਹੈ। ਦੋਵਾਂ ਫੋਰਮਾਂ ਵੱਲੋਂ ਅੱਜ ਦੇਸ਼ ਭਰ ਦੇ ਵਿੱਚ WTO ਤੇ ਕਾਰਪੋਰੇਟ ਘਰਾਣਿਆਂ ਦੀਆਂ ਅਰਥੀਆਂ ਪੂਰੇ ਦੇਸ਼ ਭਰ ਦੇ ਹਰੇਕ ਪਿੰਡ ਵਿੱਚ ਸਾੜੀਆਂ ਜਾਣ। ਇਹ ਸ਼ੰਭੂ ਤੇ ਖਨੌਰੀ ਬਾਰਡਰ ਤੇ ਬੈਠੇ ਦੋਵਾਂ ਮੋਰਚਿਆਂ ਦਾ ਐਲਾਨ ਆ। ਔਰ ਉਦੋਂ ਬਾਅਦ ਦੁਪਹਿਰ ਬਾਅਦ ਸਾਰੇ ਲੋਕਾਂ ਨੂੰ ਬੇਨਤੀ ਆ ਵੀ ਉਹ ਦੋਵਾਂ ਬਾਰਡਰਾਂ ਤੇ ਪਹੁੰਚਣ। ਸ਼ੰਭੂ ਤੇ ਅਸੀਂ 3 ਵਜੇ ਜਿਹੜਾ ਵੱਡਾ 20-30 ਫੁੱਟ ਉੱਚਾ ਪੁਤਲਾ ਬਣਾ ਕੇ ਸਰਕਾਰਾਂ ਦਾ ਕਾਰਪੋਰੇਟ ਘਰਾਣਾ ਦਾ WTO ਦਾ ਸਾੜਾਂਗੇ। ਇੱਦਾਂ ਖਨੌਰੀ ਤੇ ਹੋਊਗਾ। ਤੋ ਬਾਕੀ ਹੈਗਾ ਵੀ ਦੇਖੋ ਅਸੀਂ ਪੂਰੇ ਦੇਸ਼ ਭਰ ਦੇ ਵਿੱਚ ਮੋਰਚਾ ਲਾਉਣ ਤੋਂ ਪਹਿਲਾਂ ਗਏ ਸੀ। 51 ਜਥੇਬੰਦੀਆਂ ਸਾਨੂੰ ਤਾਮਿਲਨਾਡੂ ਤੋਂ ਸਮਰਥਨ ਦਿੱਤਾ ਸੀ। 22 ਨੇ ਕਿਹਾ ਤੁਹਾਡੇ ਕੋਲ ਆਉਣਾ। 17 ਸਾਨੂੰ ਕੇਰਲਾ ਚੋਂ ਸਮਰਥਨ ਮਿਲਿਆ ਸੀ। 5 ਬਿਹਾਰ ਦੇ ਵਿੱਚੋਂ, 2 ਮੱਧ ਪ੍ਰਦੇਸ਼ ਦੇ ਵਿੱਚੋਂ, ਤਕਰੀਬਨ ਇਸ ਵੇਲੇ UP ਦੇ ਵਿੱਚੋਂ 8 ਜਥੇਬੰਦੀਆਂ ਸਮਰਥਨ ਕਰ ਰਹੀਆਂ। ਹਰਿਆਣਾ ਚੋਂ ਤਾਂ ਬਹੁਤ ਜਥੇਬੰਦੀਆਂ ਆ ਗਈਆਂ ਸੀ ਪਰ 8 ਪੱਕੀਆਂ ਸਾਡੇ ਨਾਲ ਨੇ। ਇਸ ਤਰ੍ਹਾਂ ਰਾਜਸਥਾਨ ਦੇ ਵਿੱਚੋਂ 7 ਜਥੇਬੰਦੀਆਂ ਸਮਰਥਨ ਕਰ ਰਹੀਆਂ ਨੇ। ਉੱਤਰਾਖੰਡ ਤੋਂ 2 ਜਥੇਬੰਦੀਆਂ ਹੈਗੀਆਂ ਨੇ। ਔਰ ਮੱਧ ਪ੍ਰਦੇਸ਼ ਦੀ ਵੀ ਗੱਲ ਹੈਗੀ, ਹੁਣ ਸਾਨੂੰ ਮਹਾਰਾਸ਼ਟਰ ਤੋਂ ਵੱਡਾ ਸਮਰਥਨ ਮਿਲ ਰਿਹਾ, ਉਹਨਾਂ ਦਾ ਧੰਨਵਾਦੀ ਹਾਂ। ਤੋ ਇਸ ਤਰੀਕੇ ਨਾਲ ਪੰਜਾਬ ਅੱਡ ਹੈਗਾ। ਤੋ 9-10 ਰਾਜਾਂ ਦੇ ਵਿੱਚੋਂ ਸੈਂਕੜੇ ਜਥੇਬੰਦੀਆਂ, ਪੰਜਾਬ ਵਿੱਚੋਂ ਸਾਡੇ ਕੋਲ 10 ਜਥੇਬੰਦੀਆਂ ਦਾ ਸਮਰਥਨ ਹੈ। ਇਸੇ ਤਰ੍ਹਾਂ SKM ਗੈਰ ਰਾਜਨੀਤਿਕ ਆ, ਉਹਨਾਂ ਦਾ ਵੀ, ਉਹਨਾਂ ਦੀਆਂ ਪੰਜਾਬ ਵਿੱਚੋਂ 17 ਜਥੇਬੰਦੀਆਂ ਵਾ ਜਿਹੜੀਆਂ ਸਮਰਥਨ ਕਰ ਰਹੀਆਂ। ਬਾਕੀ ਪੂਰੇ ਦੇਸ਼ ਭਰ ਤੋਂ ਡੱਲੇਵਾਲ ਸਾਹਿਬ ਜਾਂਦੇ ਰਹੇ ਮਿਹਨਤ ਕਰਦੇ। ਤੋ 200+ ਜਥੇਬੰਦੀਆਂ ਦਾ ਇਹ 2 ਵੱਡੇ ਫੋਰਮ ਅੰਬਰੇਲਾ ਹੈਗੇ ਨੇ। ਔਰ ਘੋਲ ਅੱਗੇ ਵੱਧ ਰਿਹਾ ਹੈਗਾ, ਸਰਕਾਰ ਦਬਾਅ 'ਚ ਆ। ਔਰ ਦਬਾਅ 'ਚ ਆ ਕੇ ਹੁਣ ਉਹ ਬੈਰੀਗੇਟ ਦਿੱਲੀ ਵਾਲੇ ਉਹਨੇ ਖੋਲ੍ਹੇ ਨੇ, ਭਾਵੇਂ ਇੱਥੇ ਨਹੀਂ ਖੋਲ੍ਹੇ ਹੈਗੇ। ਤੋ ਇਹ ਮੋਰਚਾ ਜਾ ਰਿਹਾ, ਇਹਦੇ ਨੂੰ ਚੰਗਾ ਸਮਾਂ ਨਹੀਂ ਲੱਭਣਾ ਹੈਗਾ। ਇਸ ਕਰਕੇ MSP ਗਰੰਟੀ ਕਾਨੂੰਨ ਤੇ ਹੋਰਨਾਂ ਮੰਗਾਂ ਮਨਾਉਣ ਵਾਸਤੇ ਵੱਧ ਤੋਂ ਵੱਧ ਜਿਹੜਾ ਵਾ ਮੋਰਚਿਆਂ ਵਿੱਚ ਸ਼ਾਮਲ ਹੋ, ਅੱਜ ਦੇ ਪ੍ਰੋਗਰਾਮ ਕਰੋ।